ਸੋ ਸਤਿ ਸ਼੍ਰੀ ਅਕਾਲ ਬਾਈ ਸਾਰਿਆਂ ਨੂੰ ਹੋਪ ਸੋ ਸਾਰੇ ਜਣੇ ਬਿਲਕੁਲ ਠੀਕ ਹੋਵੋਗੇ। ਅੱਜ ਦੀ ਵੀਡੀਓ ਵਿੱਚ ਰਿਐਕਟ ਕਰਨ ਜਾ ਰਹੇ ਹਾਂ ਬਾਈ ਮੁੜਾਂਗੇ ਪੰਜਾਬ ਸੌਂਗ ਬਾਏ ਗੁਲਾਬ ਸਿੱਧੂ ਬਾਈ, ਲਿਰਿਕਸ ਹੈਗਾ ਨਵ ਗੜੀਵਾਲ ਬਾਈ ਦੇ, ਮਿਊਜ਼ਿਕ ਹੈਗਾ ਰਾਜ ਢਿੱਲੋਂ ਦਾ, ਅਤੇ ਜਿਹੜੀ ਵੀਡੀਓ ਹੈਗੀ ਉਹ ਬਣਾਈ ਆ ਬਾਈ ਡੀ ਓ ਪੀ ਹੈਗੀ ਆ ਗੈਵੀ ਖਹਿਰਾ ਦੀ। ਸੋ ਦੇਖਦੇ ਹਾਂ ਗਾਣਾ ਕਿਵੇਂ ਹੁੰਦਾ ਕਿਵੇਂ ਨਹੀਂ। ਸੋ ਬਿਨਾਂ ਟਾਈਮ ਖਰਾਬ ਕੀਤੇ ਸ਼ੁਰੂ ਕਰਦੇ ਹਾਂ ਅੱਜ ਦੀ ਇਹ ਵੀਡੀਓ। ਹੁਣ ਮੇਰਾ ਮੁੰਡਾ ਗਿਆ ਕੈਨੇਡਾ, ਉਹਨੂੰ ਮੈਂ ਕਿਹਾ ਬਾਈ ਦਾ ਜੀ ਜਾਂਦੇ ਨੂੰ, ਮੈਂ ਨਹੀਂ ਤੈਨੂੰ ਰੋਕਦਾ ਜੇ ਤੂੰ ਜਾਣਾ ਹੈਗਾ। ਦੇਖੋ ਹੁਣ ਮੁੰਡੇ ਸਾਰੇ ਕਹੀ ਜਾਂਦੇ, ਕੁੜੀਆਂ ਕਹੀ ਬਾਹਰ ਚੱਲੀਏ ਬਾਹਰ ਚੱਲੀਏ, ਮੈਂ ਤੂੰ ਚਾਰ ਵਾਰੀ ਆਏ। ਕਹਿੰਦਾ ਕਦੋਂ? ਮੈਂ ਕਿਹਾ ਇੱਕ ਵਾਰ ਆਏਗਾ ਤੂੰ ਮੇਰੇ ਮਰੇ 'ਚ, ਇੱਕ ਵਾਰੀ ਆਏਗਾ ਤੇਰੀ ਮਾਂ ਮਰੇ, ਦੋ ਹੋ ਗਿਆ, ਤੀਜੀ ਵਾਰ ਆਏਗਾ ਵਿਆਹ ਕਰਾਉਣ, ਤਿੰਨ ਹੋ ਗਿਆ, ਚੌਥੀ ਵਾਰ ਜ਼ਮੀਨ ਵੇਚ ਕੇ ਜਾਏਗਾ, ਮੇਰਾ ਨਾਂ ਚੱਕਰੀ ਬੰਦਾ। ਕਿਆ ਬਾਤ ਹੈ ਯਾਰ, ਆਹ ਕਿੱਡੀ ਵਧੀਆ, ਮਤਲਬ ਸੱਚੀ ਗੱਲ ਕਹੀ ਆ, ਵਧੀਆ ਤਾਂ ਨਹੀਂ ਹੈਗੀ ਇਹ, ਸੱਚੀ ਗੱਲ ਜ਼ਰੂਰ ਆ ਵੀ ਕਹਿੰਦਾ ਮੇਰਾ ਮੁੰਡਾ ਜਦੋਂ ਬਾਹਰ ਗਿਆ ਤਾਂ ਮੈਂ ਉਹਨੂੰ ਕਿਹਾ ਵੀ ਭਾਈ ਇੱਕ ਵਾਰੀ ਤਾਂ ਤੂੰ ਮੇਰੇ ਮਰੇ 'ਤੇ ਆਏਗਾ, ਜਾਣਾ ਤਾਂ ਬੇਸ਼ੱਕ ਜਾ ਹੈ ਨਾ, ਇੱਕ ਵਾਰੀ ਮਰੇ 'ਤੇ ਆਏਗਾ, ਇੱਕ ਵਾਰੀ ਤੇਰੀ ਮਾਂ ਮਰੀ 'ਤੇ ਆਏਗਾ, ਇੱਕ ਵਾਰੀ ਵਿਆਹ ਕਰਾਉਣ ਆਏਗਾ, ਅਤੇ ਇੱਕ ਵਾਰੀ ਜ਼ਮੀਨ ਵੇਚਣ ਆਏਗਾ। ਹੱਪਾ ਕੇ ਕੁੜਤੇ ਪਜਾਮੇ ਮੁੰਡੇ ਸ਼ਹਿਰ ਜਾਣਗੇ, ਫਿਰ ਬੁਲਟਾਂ ਦੀ ਕਿੱਕੀ ਉੱਤੇ ਪੈਰ ਜਾਣਗੇ, ਭਾਵੇਂ ਮਸ ਟੈਂਕਾਂ ਦੇ ਦੁਆਲੇ ਫਿਰਦੇ, ਮੁੜਨੇ ਨੂੰ ਵਿੱਚੋਂ ਸਾਰੇ ਕਾਲੇ ਫਿਰਦੇ। ਇਸੇ ਗੱਲ ਦੀ ਆ ਹੋਪ ਪੂਰੀ ਰੱਖੀ ਦੇਖ ਲਈ, ਗੱਲ ਦੀ ਆ ਹੋਪ ਪੂਰੀ ਰੱਖੀ ਦੇਖ ਲਈ, ਛੇਤੀ ਡਾਲਰਾਂ ਤੇ ਕਰਕੇ ਤਰੱਕੀ ਦੇਖ ਲਈ, ਅਸੀਂ ਮੁੜਾਂਗੇ ਪੰਜਾਬ ਗੱਲ ਪੱਕੀ। ਨਾਈਸ ਯਾਰ, ਡਾਲਰਾਂ ਚ ਕਰਕੇ ਤਰੱਕੀ ਦੇਖ ਲਈ, ਅਸੀਂ ਮੁੜਾਂਗੇ ਪੰਜਾਬ ਗੱਲ ਪੱਕੀ ਦੇਖ ਲਈ। ਬਹੁਤ ਘੈਂਟ ਕੰਸੈਪਟ ਆ ਯਾਰ, ਬਹੁਤ ਵਧੀਆ ਗੱਲ ਕੀਤੀ ਗਈ ਆ ਇਹ, ਮੁੜਾਂਗੇ ਪੰਜਾਬ ਗੱਲ ਪੱਕੀ ਦੇਖ ਲਈ, ਹੈ ਨਾ। ਮਤਲਬ ਕਹਿਣ ਨੂੰ ਕੁਛ ਮਰਜ਼ੀ ਆ ਬਾਈ, ਚਲੋ ਕੇਰਾਂ 'ਚ ਜ਼ਰੂਰ ਹੁੰਦਾ ਬੰਦੇ ਨੂੰ ਕਾਰਾਂ ਗੱਡੀਆਂ ਦਾ ਜੇ ਵੋ, ਹੈ ਨਾ, ਪਰ ਹੌਲੀ ਹੌਲੀ ਬੰਦੇ ਨੂੰ ਪਤਾ ਲੱਗਦਾ ਗਾ ਵੀ ਯਾਰ ਮਤਲਬ ਕੋਈ ਫਿਊਚਰ ਬੜਾ ਸਿਕਿਓਰ ਨਹੀਂ ਹੈਗਾ ਇੱਥੇ ਵੀ, ਅਤੇ ਘੱਟੋ ਘੱਟ ਆਪਦੀ ਧਰਤੀ 'ਤੇ ਤਾਂ ਹੋ ਗਏ, ਹੈ ਨਾ, ਆਪਦੇ ਲੋਕਾਂ 'ਚ ਹੋ ਗਏ, ਹੈ ਨਾ, ਆਪਦੇ ਭਾਈਚਾਰੇ 'ਚ ਹੋ ਗਏ, ਆਪਦੇ ਪੰਜਾਬ 'ਚ ਹੋਈਏ, ਅਤੇ ਸਾਰਿਆਂ ਦਾ ਦਾ ਨਹੀਂ ਮੈਂ ਕਹਿ ਸਕਦਾ ਯਾਰ, ਪਰ ਜਿੰਨੇ ਕੁ ਮੇਰੀ ਜਾਣ ਪਛਾਣ ਵਾਲੇ ਮੁੰਡੇ ਆ, ਹੈ ਨਾ, ਮੇਰੇ ਯਾਰ ਬੇਲੀ ਹੈਗੇ, ਮੇਰੇ ਭਰਾ ਹੈਗੇ, ਹੈ ਨਾ, ਤਾਂ ਉਹ ਸਾਰੇ ਇਹੀ ਗੱਲ ਕਹਿ ਰਹੇ ਹੈਗੇ ਵੀ ਯਾਰ ਮੁੜਾਂਗੇ, ਬਸ ਬਾਈ ਹੋਰ ਲਾ ਲਾਂਗੇ 5-7 ਸਾਲ ਵੱਧ ਤੋਂ ਵੱਧ, ਪਰ ਮੁੜਾਂਗੇ ਪੰਜਾਬ। ਅਤੇ ਉਹੀ ਗੱਲ ਬਾਈ ਨੇ ਕੀਤੀ ਹੈਗੀ ਗਾਣੇ ਦੇ ਵਿੱਚ, ਅਤੇ ਹੋਣਾ ਵੀ ਐਂ ਚਾਹੀਦਾ ਬਾਈ ਯਾਰ। ਚਲੋ ਠੀਕ ਆ, ਹੈ ਨਾ, ਵੀ ਮਜ਼ਬੂਰੀ 'ਚ ਬੰਦਾ ਜਾਂਦਾ ਗਾ ਬਾਹਰ, ਜੀ ਸੜ ਕੇ ਜਾਓ, ਪਰ ਆਪਦੀ ਮਿੱਟੀ ਨਾ ਭੁੱਲੋ, ਹੈ ਨਾ, ਆਪਦਾ ਜਿਹੜਾ ਵਿਰਸਾ ਉਹਨੂੰ ਨਾ ਭੁੱਲੋ, ਅਤੇ ਬਾਕੀ ਜਿਹੜਾ ਆਪਾਂ ਕਹਿ ਸਕਦੇ ਪੀਸ ਆਫ ਮਾਇੰਡ, ਹੈ ਨਾ, ਆਪਣਾ ਪੰਜਾਬ 'ਚ ਆ, ਉਹ ਬਾਹਰ ਨਹੀਂ ਹੈਗਾ, ਬੰਦਾ ਸਾਰੀ ਉਮਰ ਉੱਧਰ ਤਾਂ ਦਿਹਾੜੀਆਂ ਕਰੂਗਾ, ਹੈ ਨਾ, ਜੇ ਬੰਦੇ ਦਾ ਚੱਲ ਵਧੀਆ ਕਿਸਮਤ ਬਾਬੇ ਨੇ ਬਾਂਹ ਫੜ ਲਈ ਤਾਂ ਚਲੋ ਠੀਕ ਆ, ਹੈ ਨਾ, ਵੀ ਵਧੀਆ ਆਪਦਾ ਸਿਸਟਮ ਕਰ ਸਕਦਾ, ਪਰ ਵੀ ਮਤਲਬ ਸਾਰੀ ਉਮਰ ਵੀ ਕੀ ਹੈ ਇੰਨਾ ਫਾਇਦਾ, ਹੈ ਨਾ, ਵੀ ਕੰਮ ਹੀ ਕਰੀ ਜਾਓ, ਹੈ ਨਾ, ਸਾਰੀ ਉਮਰ, ਅਤੇ ਬਾਅਦ 'ਚ ਬੱਚਿਆਂ ਦਾ ਔਖਾ ਹੋ ਜਾਂਦਾ। ਸੋ ਇਸ ਕਰਕੇ ਵਾਪਸ ਆਉਣਾ ਚਾਹੀਦਾ ਗਾ, ਅਤੇ ਬਾਅਦ 'ਚ ਆਪਦਾ ਇੰਡੀਆ ਜਾ ਕੇ ਜਿਵੇਂ ਮਰਜ਼ੀ ਆਪਦਾ ਟੌਰ ਨਾ ਰਹੋ, ਸਰਦਾਰੀ ਕਰੋ, ਹੈ ਨਾ, ਅਤੇ ਬਾਕੀ ਅੱਗੇ ਦੇਖਦੇ ਹਾਂ। ਕਰੀ ਜਾਂਦਾ ਏ ਦਬਾਬਾ ਗੋਰੀਏ, ਸੁਨਣਾ ਕਿੱਥੇ ਰਹਿ ਜੂਗਾ ਨੀ ਮਾਜਾ ਗੋਰੀਏ, ਮਲ ਭਈ ਕਿੱਥੋਂ ਛੱਡਦੇ ਆ ਮੋਹ ਮਿੱਟੀ ਦਾ, ਤੈਨੂੰ ਕਿੱਥੇ ਇਸ ਗੱਲ ਦਾ ਅੰਦਾਜ਼ਾ ਗੋਰੀਏ, ਰੱਖ ਖੂਆ ਉੱਤੋਂ ਆਉਣਗੇ ਨੀ ਰੇੜਿਆਂ ਦੇ ਉੱਤੇ, ਫਿਰ ਮੰਜੇ ਚੜ ਲਵਾਂਗੇ ਬਨੇਰਿਆਂ ਦੇ ਉੱਤੇ, ਕੀ ਬਾਤ ਆ, ਸ਼ਾਮ ਉਹੀ ਪੱਖੀ ਦੇਖ ਲਈ, ਛੇਤੀ ਡਾਲਰਾਂ ਚ ਕਰਕੇ ਤਰੱਕੀ ਦੇਖ ਲਈ, ਅਸੀਂ ਮੁੜਾਂਗੇ ਪੰਜਾਬ ਗੱਲ ਪੱਕੀ ਦੇਖ ਲਈ, ਡਾਲਰਾਂ ਚ ਕਰਕੇ ਤਰੱਕੀ ਦੇਖ ਲਈ, ਅਸੀਂ ਮੁੜਾਂਗੇ ਪੰਜਾਬ ਗੱਲ ਪੱਕੀ ਦੇਖ ਲਈ। ਸਹੀ ਹੈ, ਹਾਲੇ ਵਿੰਟਰ ਚ ਭਾਵੇਂ ਕਰ ਰਹੇ ਆ ਬਿਜਟਾਂ, ਭੁੱਕ ਹੋਣਗੀਆਂ ਕਦੇ ਬਨ ਵੇ ਵੀ ਟਿਕਟਾਂ, ਅਸੇ ਜ਼ਿੰਦਗੀ ਨੂੰ ਮਿਹਨਤਾਂ ਦਾ ਸੇਕ ਦਿਆਂਗੇ, ਫਿਰ ਇਸ ਧਰਤੀ ਨੂੰ ਮੱਥਾ ਟੇਕ ਦਿਆਂਗੇ, ਸਾਂਭ ਲਿਆ ਸਾਨੂੰ ਸਿਰੇ ਦਾ ਇਹ ਸਾਨਿਆ, ਸੱਚ ਦਾ
ਜੱਫੀ ਦੇਖ ਲਈ ਛੇਤੀ ਡਾਲਰਾਂ ਤੇ ਕਰਕੇ ਤਰ। ਆਹ ਗੱਲ ਵੀ ਬਹੁਤ ਵਧੀਆ ਕਹੀ ਗਈ ਹੈ ਯਾਰ, ਹਨਾ, ਵੀ ਦੋਨੇ ਧਰਤੀਆਂ 'ਤੇ ਮਾਣ ਹੈਗਾ, ਦੋਨੇ ਧਰਤੀਆਂ ਦਾ ਹੀ ਸਾਡੇ 'ਤੇ ਅਹਿਸਾਨ ਆ। ਕਿਉਂਕਿ ਉਹ ਬਾਈ ਚੰਜਰ ਬਾਈ ਦਾ ਵੀ ਗਾਣਾ ਆਇਆ ਸੀ ਦੂਜੇ ਦਾ, ਉਹਦਾ ਤਰਸੇਮ ਜੱਸੜ ਬਾਈ ਦਾ, ਹਨਾ, ਵੀ ਜੇ ਸਾਂਭ ਦਾ ਵਲੈਤ ਨਾ ਪੰਜਾਬ ਨੂੰ ਕਿੱਥੇ ਬਣ ਰਹੇ ਸੀ ਰੰਗਲੇ ਚਵਾਰੇ, ਹੈ ਨਾ, ਅਤੇ ਘੈਂਟ ਆ ਉਹ ਵੀ ਗੱਲ ਬਾਈ ਕਹਿਣ ਦੀ ਕੋਸ਼ਿਸ਼ ਕਰ ਰਿਹਾ, ਅਤੇ ਗੱਲ ਵੀ ਸਹੀ ਆ ਯਾਰ, ਅਤੇ ਬਹੁਤ ਵੱਡੀ ਦੇਣ ਹੈਗੀ ਉਹਨਾਂ ਧਰਤੀਆਂ ਦੀ ਵੀ ਸਾਨੂੰ, ਪਰ ਉਹਨਾਂ ਦੇ ਹੀ ਨਾ ਬਣ ਕੇ ਰਹਿਗੇ ਬਸ, ਆਪਾਂ ਇਹ ਚੀਜ਼ ਕਹਿਣਾ ਚਾਹੁੰਦਾ ਗਾ ਬਾਈ। ਅਤੇ ਬਹੁਤ ਲੋਕ ਸਮਝ ਵੀ ਰਹੇ ਆ ਬਾਈ ਹੁਣ ਇਹ ਗੱਲ ਨੂੰ, ਅਤੇ ਕਾਫੀ ਜ਼ਿਆਦਾ ਰਿਵਰਸ ਮਾਈਗ੍ਰੇਸ਼ਨ ਹੋ ਰਹੀ ਆ, ਅਤੇ ਵਧੀਆ ਗੱਲ ਆ ਬਾਈ ਇਹ। ਯਾਰ ਆਹ ਟਿਊਨ ਕਿੰਨੀ ਸੋਹਣੀ ਆ ਬਾਈ, ਇੱਥੋਂ ਆਹ ਸੁਣੋ। ਲਿਖਿਆ ਜਾਊਗਾ ਇਤਿਹਾਸ ਡੇਟਾਂ ਤੇ, ਪੱਕੇ ਖੋਲ ਦਾਂਗੇ ਜਿਹੜੇ ਲੱਗੇ ਜਿੰਦੇ ਗੇਟਾਂ ਤੇ, ਪਿੰਡਾਂ ਵਾਲਿਆਂ ਨੂੰ ਰਹਿਣੀ ਸਦਾ ਪਿੰਡਾਂ ਦੀ ਹੀ ਖਿੱਚ, ਅੱਗ ਫੇਰ ਤੋਂ ਬਲੂਗੀ ਚੁੱਲ੍ਹੇ ਚੌਂਕਿਆਂ ਦੇ ਵਿੱਚ, ਜਦੋਂ ਵਿਹੜੇ 'ਚ ਤੁਰਾਂਗੇ ਮਨ ਰੱਬ ਦੀ। ਸੰਨ 2015 ਸੰਨ 2023 ਹੈ, ਪਹਿਲਾਂ ਇਹ ਜਗ੍ਹਾ ਰੇੜਾ ਹੁੰਦਾ ਸੀ, ਜਿੰਨ ਖੜੀ ਹੁੰਦੀ ਸੀਗੀ, ਟਰੈਕਟਰ ਹੁੰਦਾ ਸੀਗਾ ਪੁਰਾਣਾ, ਅਤੇ ਦੋ ਟਰੈਕਟਰ ਪੂਰੇ ਟੋਪ ਦੇ ਲਾਤੇ, ਜੌਂਡੀਅਰ ਲਾਤਾ, ਇੱਕ ਨਿਊ ਹੋਲੈਂਡ ਲਾਤਾ, ਅਤੇ ਥਾਰ ਲਾਤੀ, ਫੋਰਚੂਨਰ ਲਾਤੀ, ਹੈ ਨਾਈਸ ਯਾਰ, ਸਹੀ ਹੈ ਯਾਰ। ਫਿਰ ਹੀ ਮਤਲਬ ਆਪਦਾ ਕਰੋ ਤਰੱਕੀ ਅਤੇ ਵਾਪਸ ਆਓ, ਠੀਕ ਆ, ਕੰਮ ਕਾਰ ਕਰੋ, ਐਵੇਂ ਜਦੋਂ ਬਾਹਲੇ ਪੰਗਿਆਂ 'ਚ ਪੈ ਜਾਂਦੇ ਫਿਰ ਵੀ ਕੋਈ ਫਾਇਦਾ ਨਹੀਂ ਉਹ ਚੀਜ਼ ਦਾ। ਸਾਰਾ ਕੁਝ ਹੋਊਗਾ ਓਏ ਸੱਚੀ ਦੇਖ ਲਈ, ਛੇਤੀ ਡਾਲਰਾਂ 'ਚ ਕਰਕੇ ਤਰੱਕੀ ਦੇਖ ਲਈ, ਅਸੀਂ ਮੁੜਾਂਗੇ ਪੰਜਾਬ ਗੱਲ ਪੱਕੀ ਦੇਖ ਲਈ, ਪੌਂਡਾਂ ਵਿੱਚ ਕਰਕੇ ਤਰੱਕੀ ਦੇਖ ਲਈ, ਅਸੀਂ ਮੁੜਾਂਗੇ ਪੰਜਾਬ ਗੱਲ ਪੱਕੀ ਦੇਖ ਲਈ। ਬਈ ਜਿਹੜਾ ਨਾ ਇਹ ਲੋਕ ਬਾਹਰ ਤੁਰੇ ਜਾਂਦੇ ਆ ਤੇ ਜਾਣ ਵੀ ਸਦਕੇ ਜਾਣ, ਜਾਣ ਕਮਾਉਣ ਵਾਸਤੇ ਜਾਣ, ਪੰਜ ਸੱਤ ਵਰੇ ਕਮਾ ਕੇ ਪੈਸਾ ਇਕੱਠਾ ਕਰਕੇ ਵਾਪਸ ਪੰਜਾਬ ਜਾ ਜਾਣ, ਸਹੀ ਆ, ਫਿਰ ਤਾਂ ਹੈਗੀ ਆ ਗੱਲ ਠੀਕ ਇਹ। ਪਰ ਜੇ ਇਹ ਟੁੱਟ ਜਾਂਦੇ ਆ ਆਪਣੇ ਪੰਜਾਬ ਨਾਲੋਂ, ਆਉਣਾ ਪਸੰਦ ਨਹੀਂ ਕਰਦੇ, ਜੇ ਇਹਨਾਂ ਨੇ ਪਸੰਦ ਨਾ ਕੀਤਾ ਇਹਨਾਂ ਦੇ ਜਵਾਕਾਂ ਨੇ ਤਾਂ ਬਿਲਕੁਲ ਪਸੰਦ ਨਹੀਂ ਕਰਨਾ। ਸਹੀ ਗੱਲ ਆ, ਸਹੀ ਗੱਲ ਆ ਜੀ, ਹੁਣ ਵਾਲੀ ਪੀੜ੍ਹੀ ਨਾ ਆਊਗੀ ਵਾਪਸ ਤਾਂ ਫਿਰ ਇਹੀ ਨਾ ਪਸੰਦ ਕਰਨਗੇ ਪੰਜਾਬ ਨੂੰ, ਫਿਰ ਆਉਣ ਵਾਲੀ ਪੀੜ੍ਹੀ ਨੇ ਤਾਂ ਕਰਨਾ ਹੀ ਕੀ ਆ, ਅਤੇ ਫਿਰ ਤਾਂ ਖੇਡਾਂ ਖਤਮ ਹੀ ਆ ਸਮਝੋ। ਮਿੱਠੀ ਬਾਣੀ ਬਾਬੇ ਨਾਨਕ ਦੀ, ਘੂਲੀ ਘੂਲੀ ਘੁਲੀ ਹਵਾ 'ਚ ਸੁਰ ਰਬਾਬ ਦੀ ਹੋਵੇ, ਜਿੱਥੇ ਮਰਾਂ ਮੈਂ ਰੱਬਾ ਧਰ ਤੋਂ ਸੋਹਣੇ ਵਤਨ ਪੰਜਾਬ ਦੀ ਹੋਵੇ, ਨਾਲ ਗੜੀ ਵਾਲਾ। ਸੋ ਬਈ ਇਹ ਸੀਗਾ ਗਾਣਾ, ਤਾਂ ਯਾਰ ਬਹੁਤ ਜ਼ਿਆਦਾ ਪਿਆਰਾ ਗਾਣਾ ਸੀਗਾ ਬਾਈ, ਮਤਲਬ ਪੰਜਾਬ ਦੀ ਸਭ ਤੋਂ ਵੱਡੀ ਸਮੱਸਿਆ 'ਤੇ ਗੱਲ ਕੀਤੀ ਗਈ ਸੀਗੀ, ਹੈ ਨਾ, ਅਤੇ ਕੁੱਲ ਮਿਲਾ ਕੇ ਲਿਖਿਆ ਬਹੁਤ ਸੋਹਣਾ ਸੀਗਾ ਗਾਣਾ ਨਵਗੜੀਆਲ ਬਾਈ ਨੇ, ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਬਹੁਤ ਇਮੋਸ਼ਨਲ ਗੱਲਾਂ ਵੀ ਸੀਗੀਆਂ ਉਹਦੇ ਵਿੱਚ, ਹੈ ਨਾ, ਅਤੇ ਬਾਕੀ ਜਿਹੜੀ ਵੀਡੀਓ ਸੀਗੀ ਉਹ ਵੀ ਬਹੁਤ ਜ਼ਿਆਦਾ ਘੈਂਟ ਸੀਗੀ ਗਾਣੇ ਦੀ, ਕਿਉਂਕਿ ਵੀਡੀਓ ਨਾਲ ਹੀ ਐਕਸਪ੍ਰੈਸ ਹੁੰਦੇ ਹੈਗੇ, ਜਿਹੜਾ ਕੁਛ ਆਪਾਂ ਮਤਲਬ ਦਿਖਾਉਣਾ ਚਾਹੁੰਦੇ ਹਾਂ, ਹੈ ਨਾ, ਲੋਕਾਂ ਸਾਹਮਣੇ ਪ੍ਰਜੈਂਟ ਕਰਨਾ ਚਾਹੁੰਦੇ ਹਾਂ ਜਿਹੜਾ ਕੁਛ, ਉਹ ਸਾਰਾ ਕੁਛ ਮਤਲਬ ਵੀਡੀਓ ਦੇ ਥਰੂ ਹੀ ਜ਼ਿਆਦਾ ਵਧੀਆ ਹੁੰਦਾ ਗਾ। ਅਤੇ ਆਪਾਂ ਇਕੱਲਾ ਗਾਣਾ ਸੁਣਾਂਗੇ ਤਾਂ ਹੋ ਸਕਦਾ ਕਈ ਗੱਲਾਂ ਉੱਤੋਂ ਦੀ ਲੰਘ ਜਾਣ, ਪਰ ਜੋ ਬੰਦਾ ਵੀਡੀਓ ਦੇਖਦਾ ਨਾ ਤਾਂ ਉਹ ਇਮੋਸ਼ਨਲੀ ਕਨੈਕਟ ਹੋ ਜਾਂਦਾ ਗਾ ਗਾਣੇ ਦੇ ਨਾਲ, ਅਤੇ ਯਾਰ ਬਹੁਤ ਜ਼ਿਆਦਾ ਵਧੀਆ ਲੱਗਿਆ ਮੈਨੂੰ ਗਾਣਾ। ਅਤੇ ਬਾਕੀ ਸਾਰੇ ਆਪਣੇ ਭਰਾਵਾਂ ਦੀ ਸੋਚ ਵੀ ਇਹ ਹੋਣੀ ਚਾਹੀਦੀ ਯਾਰ, ਵੀ ਹਾਂ ਵੀ ਆਪਦੀ ਮਿਹਨਤ ਕਰੋ ਅਤੇ ਆਪਦੇ ਪੈਸੇ ਟਕੇ ਇਕੱਠੇ ਕਰੋ, ਆਪਦਾ ਇੰਡੀਆ 'ਚ ਜਾਣੀ ਕਿ ਪੰਜਾਬ 'ਚ ਆਪਦਾ ਕਾਰੋਬਾਰ ਸੈੱਟ ਕਰੋ, ਹੈ ਨਾ, ਜਾਂ ਜ਼ਮੀਨ ਜ਼ਮੂਨ ਲਓ ਆਪਦਾ, ਸਿਸਟਮ ਸੈੱਟ ਕਰਕੇ ਅਤੇ ਵਾਪਸ ਮਤਲਬ ਪੰਜਾਬ 'ਚ ਆ ਜਾਓ। ਇਕੱਲਾ ਉੱਧਰ ਵੀ ਜਾ ਕੇ ਇਕੱਲੀਆਂ ਦਿਹਾੜੀਆਂ ਲਾਉਣ ਦਾ ਕੋਈ ਫਾਇਦਾ ਨਹੀਂ, ਹੈ ਨਾ, ਸਾਰੀ ਉਮਰ ਬੰਦਾ ਕੰਮ ਹੀ ਕਰੀ ਜਾਓ, ਸੁਬਹਾ ਉੱਠੋ ਸ਼ਾਮ ਨੂੰ ਜਾਓ, ਮਤਲਬ ਕਿਤੇ ਕੋਈ ਸ਼ਾਮ ਨੂੰ ਜਾਂਦਾ, ਕੋਈ ਦੁਪਹਿਰੇ ਜਾਂਦਾ, ਕੋਈ ਸੌਣ ਦਾ ਟਾਈਮ ਨਹੀਂ, ਹੈ ਨਾ, ਅਤੇ ਕੋਈ ਖਾਣ ਪੀਣ ਦਾ ਨਹੀਂ ਗਾ। ਸੋ ਆਪਦਾ ਠੀਕ ਆ, ਮਿਹਨਤ ਕਰੋ ਪਰ ਆਪਦੇ ਪੈਸੇ ਜੋੜੋ,
ਅਤੇ ਵਾਪਸ ਪੰਜਾਬ ਆਓ ਅਤੇ ਆਪਦਾ ਪੰਜਾਬ ਸਾਂਭੋ। ਨਹੀਂ ਬਈ ਇਹ ਆਉਣਗੇ ਇੱਥੇ ਹੋਰ ਤਾਂ ਕੋਈ ਹੱਲ ਹੈ ਨਹੀਂ ਆਉਣਾ, ਅਤੇ ਤੁਹਾਨੂੰ ਪਤਾ ਹੀ ਹੈ ਬਈ ਹੋ ਕੀ ਰਿਹਾ ਹਾਲਾਤ ਪੰਜਾਬ ਦੇ, ਹੁਣ ਵੀ ਬਹੁਤ ਮਾੜੇ ਹੋ ਚੁੱਕੇ ਹੈਗੇ ਕਈ ਥਾਵਾਂ 'ਤੇ। ਸੋ ਇਸ ਕਰਕੇ ਬਈ ਆਪਦਾ ਪੰਜਾਬ ਸਾਂਭੋ। ਬਾਕੀ ਬਈ ਗੁਲਾਬ ਸਿੱਧੂ ਦੀ ਯਾਰ ਵੋਕਲ ਨੇ ਬਹੁਤ ਵਧੀਆ ਤਰੀਕੇ ਨਾਲ ਜਸਟਿਸ ਕੀਤਾ ਗਾ ਇਹ ਗਾਣੇ ਨੂੰ, ਬਹੁਤ ਪਿਆਰ ਨਾਲ ਗਾਇਆ ਗਾ ਬਈ ਨੇ ਗਾਣਾ, ਬਹੁਤ ਸੋਹਣੀ ਵੋਕਲ ਹੈਗੀ ਬਾਈ ਦੀ, ਅਤੇ ਸਾਰਾ ਕੁਛ ਘੈਂਟ ਸੀਗਾ ਯਾਰ ਕੁੱਲ ਮਿਲਾ ਕੇ, ਗਾਣੇ ਦਾ ਲਿਰਿਕਸ, ਮਿਊਜ਼ਿਕ, ਵੀਡੀਓ ਅਤੇ ਬਾਈ ਦੀ ਵੋਕਲ, ਅਤੇ ਮਤਲਬ ਸਾਰਾ ਕੁਛ ਹੀ ਘੈਂਟ ਸੀ। ਮੈਸੇਜ ਦਿੱਤਾ ਗਿਆ ਉਹ ਵੀ ਬਹੁਤ ਵਧੀਆ ਦਿੱਤਾ ਗਿਆ ਹੈ ਨਾ ਗਾਣੇ ਦੇ ਵਿੱਚ। ਸੋ ਮੈਨੂੰ ਗਾਣਾ ਪੂਰਾ ਘੈਂਟ ਲੱਗਿਆ ਬਾਈ। ਜੇ ਤੁਹਾਨੂੰ ਵਧੀਆ ਲੱਗਿਆ ਲਾਈਕ ਕਰ ਦਿਓ ਬਾਈ, ਚੈਨਲ ਨੂੰ ਕਰ ਦਿਓ ਸਬਸਕ੍ਰਾਈਬ। ਫਿਰ ਮਿਲਾਂਗੇ ਨਵੀਂ ਵੀਡੀਓ ਦੇ ਵਿੱਚ। ਥੈਂਕਸ ਫੋਰ ਵਾਚਿੰਗ ਗਾਈਜ਼।